ਸੁਣਨ ਤੋਂ ਬਾਅਦ ਅੱਜ ਕੁਛ ਬਣਨ ਦੀ ਇੱਛਾ ਦੇ ਨਾਲ, ਅੱਗੇ ਵਧਣ ਦੀ ਭਾਵਨਾ ਦੇ ਨਾਲ, ਵਿਸਥਾਰ ਨੂੰ ਹੋਰ ਦਾਇਰੇ ਦੇ ਅੰਦਰ ਵਿਸ਼ਾਲ ਕਰਨ ਦੀ ਰੂਹ ਨਾਲ ਇਹ ਸਾਰੇ ਵਿਚਾਰਾਂ ਨੂੰ ਸੁਣਿਆ। ਇਸ ਧਰਤੀ ਦੇ ਉੱਪਰ ਹਰ ਵਿਅਕਤੀ ਆਮ ਤੋਂ ਖਾਸ, ਖਾਸ ਤੋਂ ਅਹਿਮ, ਅਹਿਮ ਤੋਂ ਵਿਸ਼ੇਸ਼, ਵਿਸ਼ੇਸ਼ ਤੋਂ ਪ੍ਰਮੁੱਖ ਬਣਨ ਦੇ ਲਈ ਸੁਪਨੇ ਸਿੱਧਦਾ ਹੈ। ਆਪਣੀਆਂ ਵੱਡੀਆਂ ਭਾਵਨਾਵਾਂ ਦੇ ਅੰਦਰ ਨਵੇਂ ਤੋਂ ਨਵੇਂ ਸੁਪਨੇ ਸਿੱਧਦਾ ਹੈ। ਮੈਨੂੰ ਉਮੀਦ ਹੈ ਕਿ ਅੱਜ ਜਿੰਨੀ ਰੂਹ ਨਾਲ ਤੁਸੀਂ ਇਹ ਸਾਰੇ ਵਿਚਾਰਾਂ ਨੂੰ ਸੁਣਿਆ, ਤੁਸੀਂ ਲਗਭਗ ਦਰਜਨਾਂ ਸਮਾਗਮ ਕਈ ਸੱਜਣ ਸੁਣਨ ਵਾਲੇ ਹੈ, ਕਈਆਂ ਨੇ ਆਪਣੇ ਹੱਥ ਦੇ ਉੱਪਰ ਕਾਮਯਾਬੀ ਦੇ ਦਰਸ਼ਨ ਵੀ ਕੀਤੇ ਹੈ, ਕਈਆਂ ਨੇ ਕਾਮਯਾਬੀ ਅਤੇ ਸੰਭਾਵਨਾਵਾਂ ਦੀਆਂ ਗੱਲਾਂ ਦੇ ਅੰਦਰ ਕੇਵਲ ਸੁਣਨ ਤੱਕ ਹੀ ਰੂਹ ਨੂੰ ਲਾਇਆ, ਅਤੇ ਅੱਜ ਕਈ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਕੁਛ ਕਰਨ ਦੀ ਰੂਹ ਜਗਾ ਕੇ ਜਿਹੜੇ ਤੁਸੀਂ ਵਿਚਾਰ ਸੁਣ ਰਹੇ ਹੋ, ਇਹ ਤੁਹਾਡੇ ਲਈ ਇੱਕ ਨਵੀਂ ਸਮੇਤ ਦਾ ਨਵਾਂ ਦਰ ਦਰਵਾਜ਼ਾ ਖੋਲ੍ਹਣ ਵਾਲੇ ਹੈ। ਜਿਸ ਇੱਕ ਵੱਡੇ ਵੱਡੇ ਵਿਦਵਾਨ ਦੀਆਂ ਲਾਈਨਾਂ ਹੈ ਕਿ ਅਗਰ ਤੁਸੀਂ ਕਿਸੇ ਪਿਆਰ ਕੰਮ ਨੂੰ ਪਿਆਰ ਨਾਲ ਕਰੋਗੇ ਤਾਂ ਉਹ ਮੇਰੇ ਸਤਿਕਾਰਯੋਗ ਸੱਜਣੋ ਸ਼ੌਕ ਬਣ ਜਾਂਦਾ। ਜੇ ਤੁਸੀਂ ਕਿਸੇ ਕੰਮ ਨੂੰ ਪਿਆਰ ਨਾਲ ਕਰੋਗੇ ਤਾਂ ਸ਼ੌਕ ਬਣ ਜਾਂਦਾ, ਜੇ ਸ਼ੌਕ ਨੂੰ ਮਿਹਨਤ ਨਾਲ ਕਰੋਗੇ ਤਾਂ ਕਲਾ ਬਣ ਜਾਂਦੀ ਹੈ। ਅਤੇ ਦੁਨੀਆ ਕਲਾ ਦੀ ਦੀਵਾਨੀ ਹੈ, ਸਭ ਸਭ